हेलो स्टूडेंट्स, केमिस्ट्री इन पंजाबी चैनल दे विच तुहाडा वेलकम है। ये वीडियो 10th क्लास दे लई है। 10th क्लास दी केमिस्ट्री मैं स्टडी करा रहा तुहानू। इस चैनल नू सबसक्राइब कर लो प्लीज़, ते नाल वाला जिहड़ा बैल आइकन है वह भी दब के रख लो, ताकि जिहड़ी भी नैक्सट वीडियो तुहाडे लैवल दी आवे ते तुहाडे तक नोटिफिकेशन पहुँच जाए। ठीक है जी, इस दे नाल नाल ही इस वीडियो नू लाइक जरूर करना, शेयर जरूर करना ते कमेंट जरूर करना। ठीक है जी, तुहाडी साइंस दा जिहड़ा फस्ट चैप्टर है, चैप्टर नंबर फस्ट, चैप्टर फस्ट जिहदा नेम है कैमिकल रिएक्शंस एंड इक्वेशंस। ये चैप्टर आपां अज स्टार्ट करन लगे हैं। ਤੁਹਾਡੇ ਵਿੱਚੋਂ 10th ਦੇ ਕੁਝ ਪੰਜਾਬੀ ਮੀਡੀਅਮ ਵਾਲੇ ਬੱਚੇ ਵੀ ਨੇ, ਮੈਂ ਨਾਲ ਨਾਲ ਪੰਜਾਬੀ ਮੀਡੀਅਮ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੀ ਜਾਊਂਗਾ, ਤਾਂ ਕਿ ਉਹ ਬੱਚੇ ਵੀ ਕਰ ਲੈਣ। ਇਹਦਾ ਪੰਜਾਬੀ ਦੇ ਵਿੱਚ ਆਪਾਂ ਅਗਰ ਲਿਖੀਏ ਤਾਂ ਲਿਖਿਆ ਜਾਣਾ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ। ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ, ਇਹ ਪੰਜਾਬੀ 'ਚ ਇਸ ਚੈਪਟਰ ਦਾ ਨੇਮ ਹੈ। ਕਲੀਅਰ? ਤਾਂ ਪਹਿਲਾਂ ਆਪਾਂ ਜਿਹੜਾ ਚੈਪਟਰ ਸਟਾਰਟ ਕਰ ਰਹੇ ਹਾਂ, ਇਹਨਾਂ ਦਾ ਮੀਨਿੰਗ ਸਮਝ ਲਈਏ ਵੀ ਇਹਨਾਂ ਦਾ ਮੀਨਿੰਗ ਹੁੰਦਾ ਕੀ ਹੈ। ਕੈਮੀਕਲ ਰਿਐਕਸ਼ਨਸ ਕੀ ਹੁੰਦੀਆਂ ਨੇ, ਰਸਾਇਣਿਕ ਕਿਰਿਆਵਾਂ ਕੀ ਹੁੰਦੀਆਂ ਨੇ, ਕੈਮੀਕਲ ਇਕੁਏਸ਼ਨਸ ਕੀ ਹੁੰਦੀਆਂ ਨੇ, ਜਾਂ ਕਹਿ ਲਓ ਸਮੀਕਰਨਾਂ ਕੀ ਹੁੰਦੀਆਂ ਨੇ। ਠੀਕ ਹੈ ਜੀ, ਆਪਾਂ ਪਹਿਲਾਂ ਰਿਐਕਸ਼ਨਸ ਨੂੰ ਸਟੱਡੀ ਕਰਦੇ ਹਾਂ। ਰਿਐਕਸ਼ਨਸ, ਰਿਐਕਸ਼ਨਸ ਔਰ ਰਿਐਕਸ਼ਨ ਕੁਛ ਵੀ ਪਾ ਸਕਦਾ ਮੈਂ ਪੰਜਾਬੀ 'ਚ। ਆਪਾਂ ਇਹਨੂੰ ਕੀ ਬੋਲਾਂਗੇ? ਕਿਰਿਆਵਾਂ। ਪਹਿਲਾਂ ਆਪਾਂ ਰਿਐਕਸ਼ਨਸ ਬਾਰੇ ਪੜ੍ਹ ਲਈਏ ਕੀ ਹੁੰਦਾ, ਫਿਰ ਆਪਾਂ ਕੈਮੀਕਲ ਰਿਐਕਸ਼ਨਸ ਬਾਰੇ ਪੜ੍ਹ ਲਾਂਗੇ ਕੀ ਹੁੰਦੀਆਂ ਨੇ, ਅੱਗੇ ਅੱਗੇ ਆਪਾਂ ਇਹਨੂੰ ਕਰੀਏ। ਆਪਾਂ ਰਸਾਇਣਿਕ ਕਿਰਿਆਵਾਂ, ਪਹਿਲੇ ਆ ਗਿਆ ਰਿਐਕਸ਼ਨਸ ਜਾਂ ਇਕੱਲੀਆਂ ਕਿਰਿਆਵਾਂ। ਠੀਕ ਹੈ ਜੀ, ਰਿਐਕਸ਼ਨਸ ਹੁੰਦੀਆਂ ਕੀ ਨੇ? ਐਨੀ ਟਾਈਪ ਆਫ ਚੇਂਜ, ਐਨੀ ਟਾਈਪ ਆਫ ਚੇਂਜ ਅਰਾਊਂਡ ਅਸ, ਆਪਣੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦਾ ਕੋਈ ਚੇਂਜ ਹੋ ਰਿਹਾ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ? ਰਿਐਕਸ਼ਨ। ਚੇਂਜ ਜਿਵੇਂ ਆਪਾਂ ਕੁਕਿੰਗ ਕਰਦੇ ਹਾਂ, ਜਾਂ ਆਈਸ ਨੂੰ ਪਿਘਲਾਉਂਦੇ ਹਾਂ, ਬਰਫ਼ ਨੂੰ ਪਿਘਲਾ ਕੇ ਪਾਣੀ ਬਣਾਤਾ, ਜਾਂ ਪਾਣੀ ਨੂੰ ਆਪਾਂ ਬੋਇਲ ਕਰਦੇ ਹਾਂ, ਚਾਹ ਬਣਾਉਂਦੇ ਹਾਂ, ਪੈਟਰੋਲ ਬਲਦਾ, ਡੀਜ਼ਲ ਬਲਦਾ, ਇਹ ਸਾਰੇ ਜਿਹੜੇ ਚੇਂਜਸ ਆਪਣੇ ਅਰਾਊਂਡ ਹੋ ਰਹੇ ਨੇ, ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਰਿਐਕਸ਼ਨਸ ਜਾਂ ਪੰਜਾਬੀ 'ਚ ਕਿਰਿਆਵਾਂ। ਤਾਂ ਇੱਥੇ ਮੈਂ ਨਾਲ ਪੰਜਾਬੀ ਦੇ ਵਿੱਚ ਵੀ ਲਿਖ ਦਿੰਦਾ, ਆਪਣੇ ਆਲੇ ਦੁਆਲੇ ਜਾਂ ਆਪਣੇ ਆਸੇ ਪਾਸੇ ਕਿਸੇ ਵੀ ਤਰ੍ਹਾਂ ਦਾ ਬਦਲਾਅ, ਆਪਣੇ ਆਸੇ ਪਾਸੇ ਕਿਸੇ ਵੀ ਤਰ੍ਹਾਂ ਦਾ ਬਦਲਾਅ ਆ ਰਿਹਾ ਹੈ, ਉਹਨੂੰ ਆਪਾਂ ਕੀ ਬੋਲਾਂਗੇ? ਕਿਰਿਆਵਾਂ। ਠੀਕ ਹੈ ਜੀ, ਨਾ ਜਿਹੜੀਆਂ ਇਹ ਰਿਐਕਸ਼ਨਸ ਨੇ, ਰਿਐਕਸ਼ਨਸ ਆਰ ਆਫ ਟੂ ਟਾਈਪਸ, ਰਿਐਕਸ਼ਨਸ ਆਰ ਆਫ ਟੂ ਟਾਈਪਸ। ਪੰਜਾਬੀ 'ਚ ਮੈਂ ਅਗਰ ਲਿਖਾਂ ਤਾਂ ਲਿਖਿਆ ਜਾਊਗਾ, ਰਸਾਇਣਿਕ ਕਿਰਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਠੀਕ ਹੈ ਜੀ, ਰਸਾਇਣਿਕ ਕਿਰਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਕਲੀਅਰ? ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਰਿਐਕਸ਼ਨਸ ਨੇ, ਕਿਰਿਆਵਾਂ ਨੇ, ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਕਿਹੜੀਆਂ ਕਿਹੜੀਆਂ ਨੇ? ਪਹਿਲੀ ਹੈ ਫਿਜ਼ੀਕਲ, ਜਿਹਨੂੰ ਆਪਾਂ ਪੰਜਾਬੀ 'ਚ ਬੋਲਾਂਗੇ ਭੌਤਿਕ, ਭੌਤਿਕ ਕਿਰਿਆਵਾਂ ਜਾਂ ਫਿਜ਼ੀਕਲ ਰਿਐਕਸ਼ਨਸ। ਠੀਕ ਹੈ ਜੀ, ਫਿਜ਼ੀਕਲ ਰਿਐਕਸ਼ਨਸ ਜਾਂ ਭੌਤਿਕ ਕਿਰਿਆਵਾਂ। ਠੀਕ ਹੈ ਜੀ, ਫਿਜ਼ੀਕਲ ਜਾਂ ਭੌਤਿਕ, ਇਹ ਕਿਰਿਆਵਾਂ ਕਿਹੜੀਆਂ ਹੁੰਦੀਆਂ ਨੇ ਜਾਂ ਇਹ ਰਿਐਕਸ਼ਨਸ ਕਿਹੜੀਆਂ ਹੁੰਦੀਆਂ ਨੇ? ਤਾਂ ਮੈਂ ਇੱਥੇ ਲਿਖ ਦਿੰਦਾ, ਇਫ ਦੇਅਰ ਇਜ਼ ਨੋ ਨਿਊ ਸਬਸਟਾਂਸ ਫਾਰਮਡ
within the reaction, within the reaction. ठीक है जी, मतलब की है था अपने कोले कोई reaction हो रही है, अगर उस reaction दे वेच कोई नमा substance नहीं बन रहा तानु आपा बोलांगे भौतिक जां physical reactions. कोई भी नमा substance नहीं बनता, just पुराने substance दे वेच थोड़ा जा change आया है, उदी state change हुई है. state दा मतलब solid तो liquid बने है, liquid तो gas बनी है, जां gas तो liquid बने है, liquid तो द्वारा solid बने है. clear? तो ये सारे की ने भौतिक reactions. मैं पंजाबी भी लिख देना नाल नाल ताकि जड़े बच्चे पंजाबी वाले ने वो भी चंगी तरह इनू पढ़ सकणगे. जे किसे क्रिया विच कोई भी नवा पदार्थ नहीं बनता नहीं बनता तां उसनू भौतिक क्रिया कहा जाता है. भौतिक क्रिया कहा जाता है. क्लियर? इहदे विच एग्जाम्पल आ गई जिमें मेल्टिंग ऑफ आइस, पंजाबी च आपां इहनू बोलांगे बर्फ का पिघलना, बर्फ का पिघलना. सेकेंड है बॉयलिंग ऑफ वाटर, बॉयलिंग ऑफ. ठीक है जी. थर्ड आ गया डिजॉल्विंग ऑफ साल्ट इन वाटर, जेडे कॉमन साल्ट ने जिमें NaCl है, नमक है, इन पंजाबी लिखांगे लून दा पानी विच घुलना, पानी विच घुलना. क्लियर? तो यह सारिया भौतिक रिएक्शनस ने, जिहड़ियां भौतिक क्रियावां ने, जिहड़ियां उहदियां उदाहरणां ने, रसायनिक सॉरी फिजिकल रिएक्शनस दियां एग्जाम्पल्स ने. क्लीयर? मेल्टिंग ऑफ आइस, बॉयलिंग ऑफ वाटर, डिजॉल्विंग ऑफ सॉल्ट इन वाटर. क्लीयर? पंजाबी च बर्फ का पिघलना, पानी का गर्म करना, जां लून का पानी च घुलना, यह सारिया भौतिक क्रियावां ने, फिजिकल रिएक्शनस ने. ठीक है जी. ना अगे होर है, अगला है सेकेंड पार्ट, केमिकल रिएक्शनस, जिन्हों आप बोलेंगे रासायनिक क्रियावां. क्लियर है जी? रासायनिक क्रियावां, रासायनिक क्रियावां कहड़ियां होंदियां ने? देखो भौतिक दे विच आपां कीता सी जे किसी क्रिया दे विच कोई नवा सबस्टांस नहीं बनता, नवा पदार्थ ना बनता हो, की है भौतिक है. अगर नवा बनता है, नवा सबस्टांस फॉर्म हो रहा किसी रिएक्शन दे विच, उन्हों आपां बोलेंगे केमिकल रिएक्शन, रसायनिक क्रियावां. ठीक है जी. इफ न्यू सबस्टांस इज फॉर्म्ड विद इन द रिएक्शन then it is called chemical reactions, it is called chemical reaction. ठीक है जी. पंजाबी कैसे लिखांगे? जे किसे क्रिया विच कोई नवा पदार्थ बनता है जां उत्पन्न हुंदा है, बनता है तां उस नूं रसायनिक क्रिया कहा जाता है, तां उस नूं रसायनिक क्रिया कहा जाता है. क्लियर? इहदे विच जे आपां उदाहरण की गल करिए, उदाहरण कहड़ी आएगी, जिवें लक्कड़ नूं जलाया, लक्कड़ दे विच कार्बन हुंदी है, कार्बन नूं आपां जलाया, ऑक्सीजन की प्रेजेंस के जलाया, बन के गया अपने को कार्बन डाइऑक्साइड. तो ये इस तरह की रिएक्शन है जिदे कोई नवा सबस्टांस बन रहा है, नवा पदार्थ उत्पन्न हो रहा. कार्बन है ऑक्सीजन क्रिया करता है, कार्बन डाइऑक्साइड प्रोड्यूस करता है. कार्बन डाइऑक्साइड एक नवी चीज़ है, नवा पदार्थ है.
ਤਾਂ ਇਸ ਰਿਐਕਸ਼ਨ ਦੇ ਵਿੱਚ, ਇਸ ਕਿਰਿਆ ਦੇ ਵਿੱਚ ਨਵਾਂ ਸਬਸਟਾਂਸ ਜਾਂ ਕਹਿ ਲਓ ਨਵਾਂ ਪਦਾਰਥ ਬਣ ਰਿਹਾ, ਤਾਂ ਕਰਕੇ ਦਾ ਨਾਮ ਕੀ ਹੈ? ਕੈਮੀਕਲ ਰਿਐਕਸ਼ਨ, ਰਸਾਇਣਿਕ ਕਿਰਿਆ। ਹੋਰ ਵੀ ਕਈ ਐਗਜ਼ਾਮਪਲਸ ਨੇ ਦੀਆਂ, ਜਿਵੇਂ ਆਪਣੇ ਕੋਲ ਕੈਲਸ਼ੀਅਮ ਕਾਰਬੋਨੇਟ ਹੈ। ਕੈਲਸ਼ੀਅਮ ਕਾਰਬੋਨੇਟ ਨੂੰ ਅਗਰ ਆਪਾਂ ਗਰਮ ਕਰਦੇ ਹਾਂ ਤਾਂ ਇਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਨਿਕਲ ਜਾਂਦੀ ਹੈ, ਇਹ ਵੀ ਇੱਕ ਕੈਮੀਕਲ ਰਿਐਕਸ਼ਨ ਹੈ। ਕਲੀਅਰ? ਕੈਲਸ਼ੀਅਮ ਕਾਰਬੋਨੇਟ CaCO3 ਹੀਟ ਕੀਤਾ, ਗਰਮ ਕੀਤਾ ਹੈ, CaO ਬਣ ਗਿਆ ਅਤੇ ਨਾਲ ਕਾਰਬਨ ਡਾਈਆਕਸਾਈਡ ਇਹਦੇ ਵਿੱਚੋਂ ਪ੍ਰੋਡਿਊਸ ਹੋ ਗਈ। ਕਲੀਅਰ? ਤਾਂ ਇਹ ਸਾਰੀਆਂ ਐਗਜ਼ਾਮਪਲਸ ਨੇ ਕੈਮੀਕਲ ਰਿਐਕਸ਼ਨ ਦੀਆਂ ਜਾਂ ਕਹਿ ਲਓ ਰਸਾਇਣਿਕ ਕਿਰਿਆਵਾਂ ਦੀਆਂ। ਠੀਕ ਹੈ ਜੀ, ਤਾਂ ਆਪਾਂ ਦੋ ਤਰ੍ਹਾਂ ਦੀਆਂ ਕਿਰਿਆਵਾਂ ਕਰ ਲਈਆਂ, ਦੋ ਤਰ੍ਹਾਂ ਦੀਆਂ ਰਿਐਕਸ਼ਨਸ ਕਰ ਲਈਆਂ, ਫਿਜ਼ੀਕਲ ਐਂਡ ਕੈਮੀਕਲ। ਅੱਗੇ ਆਪਾਂ ਕਰਦੇ ਹਾਂ ਕੈਮੀਕਲ ਇਕੁਏਸ਼ਨ ਕੀ ਹੁੰਦੀ, ਕਿਉਂਕਿ ਆਪਾਂ ਚੈਪਟਰ ਦੇ ਵਿੱਚ ਨੇਮ ਦੇ ਵਿੱਚ ਪੜ੍ਹਿਆ ਕਿ ਕੈਮੀਕਲ ਰਿਐਕਸ਼ਨਸ ਐਂਡ ਕੈਮੀਕਲ ਇਕੁਏਸ਼ਨਸ। ਹੁਣ ਆਪਾਂ ਪੜ੍ਹਦੇ ਹਾਂ ਕੈਮੀਕਲ ਇਕੁਏਸ਼ਨ ਕੀ ਹੁੰਦਾ। ਨੈਕਸਟ ਟੌਪਿਕ ਹੈ ਕੈਮੀਕਲ ਇਕੁਏਸ਼ਨ। ਕੈਮੀਕਲ ਇਕੁਏਸ਼ਨ ਕੀ ਹੁੰਦੀ ਹੈ? ਕੈਮੀਕਲ ਰਿਐਕਸ਼ਨ ਆਪਾਂ ਨੇ ਪੜ੍ਹ ਲਈ, ਕੈਮੀਕਲ ਇਕੁਏਸ਼ਨ ਆਪਾਂ ਨੇ ਪੜ੍ਹਨੀ ਆ, ਹੁਣ ਕੀ ਹੁੰਦੀ ਹੈ? ਕੈਮੀਕਲ ਇਕੁਏਸ਼ਨ ਦਾ ਸਿੰਬੋਲਿਕਲੀ ਰਿਪ੍ਰਜੈਂਟੇਸ਼ਨ ਆਫ ਏ ਕੈਮੀਕਲ ਰਿਐਕਸ਼ਨ ਇਜ਼ ਕਾਲਡ ਕੈਮੀਕਲ ਇਕੁਏਸ਼ਨ। ਠੀਕ ਹੈ ਜੀ, ਦੋ ਚੀਜ਼ਾਂ ਇਹਦੇ ਵਿੱਚ ਇੰਪੋਰਟੈਂਟ ਨੇ, ਸਿੰਬੋਲਿਕਲੀ ਰੀਪ੍ਰਜੈਂਟੇਸ਼ਨ। ਆਪਾਂ ਨੇ ਕੀ ਕਰਨਾ ਹੈ, ਜਿਹੜੀ ਵੀ ਆਪਣੇ ਆਸੇ ਪਾਸੇ ਕੋਈ ਕੈਮੀਕਲ ਰਿਐਕਸ਼ਨ ਹੋ ਰਹੀ ਹੈ, ਕੈਮੀਕਲ ਵੀ ਈਵਨ ਕਿ ਫਿਜ਼ੀਕਲ ਵੀ ਲਿਖ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ, ਕੈਮੀਕਲ ਰਿਐਕਸ਼ਨ ਕੋਈ ਵੀ ਆਪਣੇ ਆਸੇ ਪਾਸੇ ਹੋ ਰਹੀ ਹੈ, ਆਪਾਂ ਉਹਨੂੰ ਕਾਗਜ਼ 'ਤੇ ਲਿਖਣਾ ਹੈ, ਸਿੰਬਲਾਂ ਦੀ ਫਾਰਮ 'ਚ ਲਿਖਣਾ ਹੈ। ਸਿੰਬਲ ਜਿਵੇਂ ਕਾਰਬਨ ਨੂੰ ਸੀ ਨਾਲ ਲਿਖਦੇ ਹਾਂ, ਆਕਸੀਜਨ ਓ ਨਾਲ ਲਿਖਦੇ ਹਾਂ, ਸੋਡੀਅਮ ਨੂੰ NA ਨਾਲ ਲਿਖਦੇ ਹਾਂ। ਇੱਦਾਂ ਕਰਕੇ ਅਗਰ ਆਪਾਂ ਇਹਨੂੰ ਕਾਪੀ 'ਤੇ ਰਾਈਟ ਕਰਨਾ ਹੋਵੇ ਤਾਂ ਉਹ ਜਿਹੜੀ ਇਕੁਏਸ਼ਨ ਬਣਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਕੈਮੀਕਲ ਇਕੁਏਸ਼ਨ। ਫੋਰ ਐਗਜ਼ਾਮਪਲ, ਮੈਂ ਹੁਣ ਇੱਕ ਰਿਐਕਸ਼ਨ ਲਿਖੀ ਹੈ, ਕਾਰਬਨ ਪਲੱਸ ਆਕਸੀਜਨ ਕੀ ਬਣਿਆ? ਕਾਰਬਨ ਡਾਈਆਕਸਾਈਡ। ਹੁਣ ਆਪਾਂ ਇੱਥੇ ਕਾਰਬਨ ਨੂੰ ਸੀ ਨਾਲ ਰੀਪ੍ਰਜੈਂਟ ਕੀਤਾ, ਸੀ ਕਾਰਬਨ ਦਾ ਸਿੰਬਲ ਹੈ, ਆਕਸੀਜਨ ਨੂੰ ਓ ਨਾਲ ਕੀਤਾ, ਦੋ ਆਕਸੀਜਨਾਂ ਯੂਜ਼ ਹੋ ਰਹੀਆਂ ਨੇ ਤਾਂ ਕਰਕੇ ਆਪਾਂ ਇੱਥੇ 2 ਲਗਾ ਲਿਆ। ਠੀਕ ਹੈ ਜੀ, ਬਣ ਕੇ ਗਿਆ ਆਪਣੇ ਕੋਲ CO2, ਕਾਰਬਨ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਦਾ ਵੀ ਆਪਾਂ ਸਿੰਬਲ ਯੂਜ਼ ਕੀਤਾ। ਸਿੰਬਲਾਂ ਦੀ ਫਾਰਮ ਦੇ ਵਿੱਚ ਆਪਾਂ ਇੱਕ ਇਕੁਏਸ਼ਨ ਲਿਖ ਲਈ, ਇਹਨੂੰ ਆਪਾਂ ਬੋਲਦੇ ਹਾਂ ਕੈਮੀਕਲ ਇਕੁਏਸ਼ਨ। ਪੰਜਾਬੀ 'ਚ ਅਗਰ ਮੈਂ ਇਹਦੀ ਡੈਫੀਨੇਸ਼ਨ ਲਿਖਾਂ ਤਾਂ ਉਹ ਕੀ ਆਊਗਾ? ਸੰਕੇਤ ਦੇ ਰੂਪ ਵਿੱਚ, ਸੰਕੇਤ ਦੇ ਰੂਪ ਵਿੱਚ ਕਿਸੇ ਵੀ ਰਸਾਇਣਿਕ ਕਿਰਿਆ ਨੂੰ ਲਿਖਣ ਨੂੰ ਰਸਾਇਣਿਕ ਸਮੀਕਰਨ ਕਿਹਾ ਜਾਂਦਾ ਹੈ, ਰਸਾਇਣਿਕ ਸਮੀਕਰਨ ਕਿਹਾ ਜਾਂਦਾ ਹੈ। ਕਲੀਅਰ? ਠੀਕ ਹੈ ਜੀ, ਐਗਜ਼ਾਮਪਲ ਇਹਦੇ ਵਿੱਚ ਇਹੀ ਆਉਣੀ ਹੈ, ਰਸਾਇਣਿਕ ਸਮੀਕਰਨ, ਕੈਮੀਕਲ ਇਕੁਏਸ਼ਨ ਆਪਾਂ ਇਹਨੂੰ ਇੰਗਲਿਸ਼ 'ਚ ਬੋਲਦੇ ਹਾਂ। ਇਹੀ ਇਕੁਏਸ਼ਨ ਮੈਂ ਦੁਬਾਰਾ ਲਿਖਦਾ, C+O2 CO2। ਇੱਥੇ ਵਿਚਕਾਰ ਇੱਕ ਐਰੋ ਲੱਗਦਾ ਹੈ, ਐਰੋ ਮੀਨਸ ਤੀਰ ਲੱਗਦਾ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਇਹ ਦੋ ਚੀਜ਼ਾਂ ਆਪਸ ਵਿੱਚ ਕਿਰਿਆ ਕਰਨਗੀਆਂ ਅਤੇ ਇਹ ਚੀਜ਼ਾਂ ਬਣਨਗੀਆਂ। ਜਿੱਧਰ ਸਾਈਡ ਕੋਈ ਚੀਜ਼ ਬਣ ਰਹੀ ਹੈ ਇਹ ਉੱਧਰ ਨੂੰ ਰੀਪ੍ਰਜੈਂਟ ਕਰਨ ਦੇ ਲਈ ਲਿਖਿਆ ਜਾਂਦਾ ਹੈ। ਕਲੀਅਰ? ਇਸ ਤੀਰ ਦੇ ਖੱਬੇ ਪਾਸੇ, ਲੈਫਟ ਹੈਂਡ ਸਾਈਡ 'ਤੇ, ਲੈਫਟ ਸਾਈਡ ਹੈ ਜਾਂ ਇਹਨੂੰ ਖੱਬਾ ਪਾਸਾ ਕਹਿ ਲਓ, ਜਿਹੜੇ ਵੀ ਪਦਾਰਥ, ਜਿਹੜੇ ਵੀ ਸਬਸਟਾਂਸ ਆ ਰਹੇ ਨੇ ਉਹਨਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਰਿਐਕਟੈਂਟਸ ਬੋਲਦੇ ਹਾਂ, ਪੰਜਾਬੀ ਦੇ ਵਿੱਚ ਬੋਲਦੇ ਹਾਂ ਉਹਨਾਂ ਨੂੰ ਅਭਿਕਾਰਕ। ਠੀਕ ਹੈ ਜੀ, ਜਿਹੜੀ ਚੀਜ਼ ਬਣ ਰਹੀ ਹੈ ਉਹਨੂੰ ਆਪਾਂ ਬੋਲਾਂਗੇ, ਮੀਨਸ ਜਿਹੜੀ ਚੀਜ਼ ਰਾਈਟ ਹੈਂਡ ਸਾਈਡ 'ਤੇ ਆ, ਸੱਜੇ ਪਾਸੇ ਆ, ਉਹਨੂੰ ਆਪਾਂ ਬੋਲਦੇ ਹਾਂ ਪ੍ਰੋਡਕਟ, ਪੰਜਾਬੀ 'ਚ, ਸੋਰੀ ਇੰਗਲਿਸ਼ 'ਚ ਪ੍ਰੋਡਕਟਸ ਬੋਲਦੇ ਹਾਂ, ਪੰਜਾਬੀ 'ਚ ਕੀ ਬੋਲਾਂਗੇ ਉਹਨੂੰ ਆਪਾਂ? ਉਤਪਾਦ। ਠੀਕ ਹੈ ਜੀ, ਐਰੋ ਲਗਾਇਆ ਜਾਂਦਾ ਹੈ, ਐਰੋ ਦੇ ਖੱਬੇ ਪਾਸੇ ਰਿਐਕਟੈਂਟ ਲਿਖੇ ਜਾਂਦੇ ਨੇ, ਐਰੋ ਦੇ ਸੱਜੇ ਪਾਸੇ ਪ੍ਰੋਡਕਟ ਲਿਖੇ ਜਾਂਦੇ। ਰਿਐਕਟੈਂਟ ਆਪਸ ਵਿੱਚ ਰਿਐਕਟ ਕਰਦੇ ਨੇ, ਕਿਰਿਆ ਕਰਦੇ ਨੇ, ਅਭਿਕਾਰਕ ਆਪਸ ਵਿੱਚ ਕਿਰਿਆ ਕਰਦੇ ਨੇ, ਕੀ ਬਣਾਉਂਦੇ ਨੇ? ਉਤਪਾਦ ਜਾਂ ਕਹਿ ਲਓ ਪ੍ਰੋਡਕਟ ਬਣਾਉਂਦੇ ਨੇ। ਕਲੀਅਰ ਹੈ ਜੀ? ਨਾ ਹੁਣ ਗੱਲ ਆਈ ਸੀ ਸਿੰਬਲਸ ਦੀ, ਸੰਕੇਤਾਂ ਦੀ।
ਜਿਹੜੇ ਸਿੰਬਲ ਨੇ ਇਹ ਤਾਂ ਮੈਂ ਤੁਹਾਨੂੰ ਦੱਸਦਾ ਵੀ ਕਾਰਬਨ ਵਾਸਤੇ ਸੀ ਵਰਤਿਆ ਜਾਂਦਾ ਹੈ, ਆਕਸੀਜਨ ਵਾਸਤੇ ਉਹ ਵਰਤਿਆ ਜਾਂਦਾ ਹੈ, ਇਹ ਸਿੰਬਲ ਯਾਦ ਕਰਨ ਦਾ ਕੀ ਤਰੀਕਾ ਹੈ ਜਾਂ ਕਿਵੇਂ ਆਪਾਂ ਇਹਨਾਂ ਨੂੰ ਪੜ੍ਹਾਂਗੇ ਜਾਂ ਕਿੰਨੇ ਕੁ ਸਿੰਬਲ ਨੇ ਆਪਾਂ ਜਿਹੜੇ ਯਾਦ ਕਰਨੇ ਨੇ, ਤਾਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਹੁਣ। ਅੱਗੇ ਆ ਗਿਆ ਸਿੰਬਲ ਜਾਂ ਸੰਕੇਤ। ਸਿੰਬਲ ਜਿਹਨੂੰ ਪੰਜਾਬੀ 'ਚ ਬੋਲਦੇ ਹਾਂ ਸੰਕੇਤ। ਕਲੀਅਰ? ਦੇਖੋ ਤੁਸੀਂ ਹੁਣ ਤੱਕ ਲਿਖਿਆ ਦੇਖਿਆ ਹੋਣਾ ਜਾਂ ਪੜ੍ਹਿਆ ਹੋਣਾ ਕਿ ਆਪਣੇ ਕੋਲ 118 ਐਲੀਮੈਂਟ ਨੇ। ਐਲੀਮੈਂਟਾਂ ਨੂੰ ਪੰਜਾਬੀ 'ਚ ਆਪਾਂ ਬੋਲਦੇ ਹਾਂ ਤੱਤ। ਇੱਕ ਤੁਹਾਡੀ ਬੁੱਕ 'ਤੇ, 10ਵੀਂ ਦੀ ਬੁੱਕ 'ਤੇ ਵੀ ਟੇਬਲ ਬਣਿਆ ਹੋਇਆ ਹੈ, 5ਵੇਂ ਚੈਪਟਰ ਦੇ ਵਿੱਚ ਟੋਟਲ 118 ਐਲੀਮੈਂਟਾਂ ਦਾ, 118 ਤੱਤਾਂ ਦਾ ਉਹ ਟੇਬਲ ਬਣਿਆ ਹੋਇਆ। ਆਪਾਂ ਇਹਦੇ ਵਿੱਚੋਂ ਜਸਟ ਹਜੇ 20 ਐਲੀਮੈਂਟ ਸਟੱਡੀ ਕਰਨੇ ਆ। 20 ਐਲੀਮੈਂਟ, 20 ਤੱਤ ਆਪਾਂ ਹੁਣ ਸਟੱਡੀ ਕਰ ਲਾਂਗੇ, ਬਾਕੀ ਆਪਾਂ ਬਾਅਦ 'ਚ ਸਟੱਡੀ ਕਰ ਲਾਂਗੇ। ਹਾਲੇ ਤੱਕ ਆਪਾਂ ਨੂੰ 20 ਦੀ ਹੀ ਜ਼ਰੂਰਤ ਹੈ, ਤਾਂ 20 ਐਲੀਮੈਂਟ ਆਪਾਂ ਨੇ ਫਿਲਹਾਲ ਸਟੱਡੀ ਕਰਨੇ ਨੇ। ਕਲੀਅਰ? ਨਾ, ਉਸ ਤੋਂ ਪਹਿਲਾਂ, ਇਹਨਾਂ ਨੂੰ ਸਟੱਡੀ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਦੱਸਣੀ ਚਾਹੂੰਗਾ। ਤੁਸੀਂ ਸੁਣਿਆ ਹੋਣਾ ਐਟਮ ਬਾਰੇ। ਐਟਮ ਸਮਾਲੈਸਟ ਪਾਰਟੀਕਲ ਹੈ ਕਿਸੇ ਵੀ ਐਲੀਮੈਂਟ ਦਾ, ਪੰਜਾਬੀ 'ਚ ਇਹਨੂੰ ਬੋਲਿਆ ਜਾਂਦਾ ਪਰਮਾਣੂ। ਠੀਕ ਹੈ ਜੀ। ਜਿਹੜਾ ਐਟਮ ਹੈ, ਐਟਮ ਦੇ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ, ਇਹਦੇ ਆਸੇ ਪਾਸੇ ਜਿਹੜੇ ਇਲੈਕਟ੍ਰੋਨ ਨੇ ਉਹ ਘੁੰਮਦੇ ਰਹਿੰਦੇ ਨੇ। ਠੀਕ ਹੈ ਜੀ। ਸੈਂਟਰ ਦੇ ਵਿੱਚ ਕੀ ਹੁੰਦਾ? ਨਿਊਕਲੀਅਸ। ਇਹਦੇ ਆਸੇ ਪਾਸੇ ਕੀ ਘੁੰਮਦੇ ਰਹਿੰਦੇ ਨੇ? ਇਲੈਕਟ੍ਰੋਨ। ਕਿਸੇ ਇੱਕ ਐਟਮ ਦੇ ਵਿੱਚ ਜਾਂ ਕਿਸੇ ਇੱਕ ਪਰਮਾਣੂ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ? ਪਹਿਲਾਂ ਇਲੈਕਟ੍ਰੋਨ ਮੈਂ ਦੱਸ ਦਿੰਦਾ, ਇਲੈਕਟ੍ਰੋਨਾਂ 'ਤੇ ਨੈਗੇਟਿਵ ਚਾਰਜ ਹੁੰਦਾ। ਨਿਊਕਲੀਅਸ ਦੇ ਵਿੱਚ ਹੁੰਦੇ ਨੇ ਪ੍ਰੋਟੋਨ, ਜਿਨ੍ਹਾਂ 'ਤੇ ਹੁੰਦਾ ਪੋਜ਼ਿਟਿਵ ਚਾਰਜ। ਠੀਕ ਹੈ ਜੀ। ਨਿਊਕਲੀਅਸ ਆ ਸੈਂਟਰ ਦੇ ਵਿੱਚ, ਇਹਦੇ ਵਿੱਚ ਕੀ ਹੁੰਦੇ ਨੇ? ਪ੍ਰੋਟੋਨ ਅਤੇ ਨਿਊਟ੍ਰੋਨ, ਇਹਦੇ ਆਸੇ ਪਾਸੇ ਇਲੈਕਟ੍ਰੋਨ ਰਿਵੋਲਵ ਕਰਦੇ ਨੇ। ਪ੍ਰੋਟੋਨਾਂ 'ਤੇ ਹੁੰਦਾ ਪੋਜ਼ਿਟਿਵ ਚਾਰਜ, ਇਲੈਕਟ੍ਰੋਨਾਂ 'ਤੇ ਹੁੰਦਾ ਨੈਗੇਟਿਵ ਚਾਰਜ। ਜਿੰਨਾ ਪੋਜ਼ਿਟਿਵ ਚਾਰਜ ਹੈ ਉਨਾ ਹੀ ਨੈਗੇਟਿਵ ਚਾਰਜ ਹੈ। ਇਹਦਾ ਮਤਲਬ ਜਿਹੜਾ ਆਪਣਾ ਐਟਮ ਹੈ ਜਾਂ ਪਰਮਾਣੂ ਹੈ ਉਹ ਕੀ ਹੈ? ਨਿਊਟਰਲ ਹੈ। ਕਲੀਅਰ? ਨਾ, ਇੱਕ ਐਟਮ ਦੇ ਵਿੱਚ ਜਾਂ ਇੱਕ ਪਰਮਾਣੂ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, ਉਹਨੂੰ ਆਪਾਂ ਬੋਲਦੇ ਹਾਂ ਐਟੋਮਿਕ ਨੰਬਰ ਜਾਂ ਪਰਮਾਣੂ ਅੰਕ। ਠੀਕ ਹੈ ਜੀ। ਐਟੋਮਿਕ ਨੰਬਰ ਜਿਹਨੂੰ ਆਪਾਂ ਬੋਲਾਂਗੇ ਪਰਮਾਣੂ ਅੰਕ, ਇਹ ਕੀ ਹੁੰਦਾ? ਨੰਬਰ ਆਫ ਇਲੈਕਟ੍ਰੋਨਸ, ਨੰਬਰ ਆਫ ਇਲੈਕਟ੍ਰੋਨਸ ਇਨ ਐਨ ਐਟਮ। ਇੱਕ ਐਟਮ ਦੇ ਵਿੱਚ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਨੇ, ਉਹਨੂੰ ਆਪਾਂ ਬੋਲ ਦਿੰਦੇ ਹਾਂ ਐਟੋਮਿਕ ਨੰਬਰ। ਕਲੀਅਰ ਹੈ ਜੀ। ਨਾ, ਅੱਗੇ ਐਟੋਮਿਕ ਨੰਬਰ ਦੇ ਹਿਸਾਬ ਨਾਲ ਇੱਕ ਪੀਰੀਓਡਿਕ ਟੇਬਲ ਬਣਾਇਆ ਹੋਇਆ ਹੈ, ਉਹ ਪੀਰੀਓਡਿਕ ਟੇਬਲ ਆਪਾਂ ਨੇ ਸਟੱਡੀ ਕਰਨਾ। ਪਹਿਲਾਂ ਆਪਾਂ ਪਹਿਲੇ 10 ਐਲੀਮੈਂਟ ਸਟੱਡੀ ਕਰਦੇ ਹਾਂ। ਫਸਟ 10 ਐਲੀਮੈਂਟਸ। ਠੀਕ ਹੈ ਜੀ। ਕਾਹਦੇ ਬੇਸ 'ਤੇ ਵੰਡ ਕੀਤੀ ਗਈ ਹੈ ਇਹ? ਐਟੋਮਿਕ ਨੰਬਰ ਦੇ ਬੇਸ 'ਤੇ। ਐਟੋਮਿਕ ਨੰਬਰ ਕੀ ਹੁੰਦਾ ਹੈ? ਇੱਕ ਐਟਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, ਉਹ ਹੁੰਦੇ ਨੇ ਐਟੋਮਿਕ ਨੰਬਰ। ਤਾਂ ਐਟੋਮਿਕ ਨੰਬਰ ਦੇ ਹਿਸਾਬ ਨਾਲ ਅਗਰ ਆਪਾਂ ਵੰਡ ਕਰੀਏ ਤਾਂ ਪਹਿਲੇ 10 ਐਲੀਮੈਂਟ ਜਿਹੜੇ ਲਿਖੇ ਜਾਣਗੇ, ਹੋਊਗਾ ਪਹਿਲਾ ਹਾਈਡਰੋਜਨ। ਠੀਕ ਹੈ ਜੀ। ਦੂਸਰਾ ਆਏਗਾ ਹੀਲੀਅਮ। ਤੀਸਰਾ ਆਏਗਾ ਲੀਥੀਅਮ, LiTHIUM। ਲੀਥੀਅਮ, ਫਿਰ ਆਏਗਾ ਬੈਰੀਲੀਅਮ, ਫਿਰ ਆਏਗਾ ਬੋਰੋਨ, ਫਿਰ ਆਏਗਾ ਕਾਰਬਨ, ਫਿਰ ਆਏਗਾ ਨਾਈਟ੍ਰੋਜਨ। ਠੀਕ ਹੈ ਜੀ। ਨਾਈਟ੍ਰੋਜਨ, ਨਾਈਟ੍ਰੋਜਨ ਤੋਂ ਬਾਅਦ ਆਏਗਾ ਆਕਸੀਜਨ, ਆਕਸੀਜਨ ਤੋਂ ਬਾਅਦ ਆਏਗਾ ਫਲੋਰੀਨ, ਫਲੋਰੀਨ ਤੋਂ ਬਾਅਦ ਆਏਗਾ ਨਿਓਨ। ਚੈੱਕ ਕਰੋ, ਇਹ 10 ਹੋ ਗਏ। ਠੀਕ ਹੈ ਜੀ। ਪੰਜਾਬੀ 'ਚ ਵੀ ਇੱਥੇ ਨਾਲ ਹੀ ਮੈਂ ਲਿਖ ਦਿੰਦਾ ਹਾਈਡਰੋਜਨ ਨੂੰ, ਹਾਈਡਰੋਜਨ, ਹੀਲੀਅਮ। ਠੀਕ ਹੈ ਜੀ, ਨਾਲ ਨਾਲ ਲਿਖੀ ਜਾਇਓ ਤੁਸੀਂ। ਬੈਰੀਲੀਅਮ, ਸੋਰੀ ਲੀਥੀਅਮ ਹੈ, ਲੀਥੀਅਮ। ਅੱਗੇ ਆ ਗਿਆ ਬੈਰੀਲੀਅਮ, ਫਿਰ ਆ ਗਿਆ ਬੋਰੋਨ, ਬੋਰੋਨ, ਫਿਰ ਆ ਗਿਆ ਕਾਰਬਨ, ਕਾਰਬਨ, ਕਾਰਬਨ ਤੋਂ ਬਾਅਦ ਆ ਗਿਆ ਨਾਈਟ੍ਰੋਜਨ, ਨਾਈਟ੍ਰੋਜਨ, ਫਿਰ ਆ ਗਿਆ ਆਕਸੀਜਨ, ਫਿਰ ਆ ਗਿਆ ਆਕਸੀਜਨ ਤੋਂ ਬਾਅਦ ਆ ਗਿਆ ਫਲੋਰੀਨ, ਫਿਰ ਆ ਗਿਆ ਨਿਓਨ।
क्लियर है जी। ये 10 तत्व ने 10 एलीमेंट ने पहले। अगर आप इन्हों का अटोमिक नंबर लिखिए, मैं अटोमिक नंबर के हिसाब से ही लिखने, अटोमिक नंबर जिन्हों आप पंजाबी बोलेंगे परमाणु अंक। अगर आप ये हिसाब लिखिए तो 1 है 2 है फिर 3 4 5 6 7 8 9 एंड 10, टोटल 10 है। अगर आप हाइड्रोजन का सिंबल लिखिए तो एच आता है, हीलियम का सिंबल एच ई आता है, लिथियम का सिंबल एल आई आता है, ब्रीलियम का बी ई आता, बोरोन का बी आता, कार्बन आता, नाइट्रोजन का एन आ जाता है, ऑक्सीजन का ओ आ जाता है, फ्लोरीन का एफ आ जाता, नियोन का एन ई आ जाता। ये सिंबल ने, संकेत ने, ठीक है जी, संकेत जां सिंबल। ना हुण तुहाडे दिमाग च आउंदा होगा कि इन्हां नूं तां याद करना थोड़ा जिहा डिफिकल्ट है, ठीक है जी। तो इन्हां नूं याद करन दा मैं सौखा जिहा तरीका दस दिंदा। हाए, हैलो, लिसन, बी बी सी न्यूज ऑन फ्राइडे नाइट, ठीक है जी। यह लाइन याद करके रख लियो, हाय हैलो लिसन बी बी सी न्यूज ऑन फ्राइडे नाइट। एच ते हाइड्रोजन, एच ई हीलियम, लिथियम, ब्रिलियम, बोरोन, कार्बन, नाइट्रोजन, ऑक्सीजन, फ्लोरीन एंड नाइट्रोजन, ये याद रखने का तरीका है, ठीक है। इतने लिख लियो, हाउ टू रिमेंबर, हाउ टू रिमेंबर, क्लीयर। तो पहले 10 एलीमेंट ने, 10 तत्व ने, अटोमिक नंबर ज परमाणु अंक के हिसाब न ही लाए गए हैं, ये इन्हों के संकेत ने, ठीक है जी। ये इदा ही ड्रॉ कर लेना है। अगले जोड़े 10 ने, नैक्सट एन फ्रॉम 11 to 20, 11 to 20 पहला आता सोडियम, फिर आता मैगनीशियम, फिर आता एल्यूमीनियम, एल्यूमीनियम, फिर आता सिलीकॉन, फिर आता फास्फोरस, फास्फोरस तो बाद आ गया सल्फर, फिर आ गया क्लोरीन, इस तो बाद आ गया आर्गन, इस तो बाद आ गया पोटाशियम, इस तो बाद आ गया कैल्शियम, ठीक है जी। अगर आप अटोमिक नंबर लिखिए तो 11, फिर यह 12 13 14 15 16 17 18 19 ते 20, इन्हां दे अटोमिक नंबरस हो गए, अटोमिक नंबर, ठीक है जी। ਇਹ ਹੋ ਗਏ ਐਲੀਮੈਂਟ, ਇਹ ਹੋ ਗਏ ਟੋਮਿਕ ਨੰਬਰ। ਅਗਰ ਆਪਾਂ ਇਹਨਾਂ ਨੂੰ ਪੰਜਾਬੀ 'ਚ ਲਿਖੀਏ, ਪੰਜਾਬੀ 'ਚ ਕਿਵੇਂ ਲਿਖਿਆ ਜਾਊਗਾ? ਸੋਡੀਅਮ, ਠੀਕ ਹੈ ਜੀ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕੋਨ, ਅੱਗੇ ਆ ਗਿਆ ਫਾਸਫੋਰਸ, ਫਿਰ ਆ ਗਿਆ ਸਲਫਰ, फिर आ गया क्लोरीन, फिर आ गया आर्गन, फिर आ गया पोटाशियम, फिर आ गया कैल्शियम, ठीक है जी। सोडियम, मैग्नीशियम, एल्यूमीनियम, सिलिकॉन, फास्फोरस, सल्फर, क्लोरीन, आर्गन, पोटाशियम ते कैल्शियम, ठीक है जी। ये एटॉमिक नंबर ने इन्हां दे, ये इंग्लिश नेम आ गए। हुण आ गए अगे सिंबल इन्हां दे की ने। सोडियम नूं लिखा जांदा एन ए दे नाल, मैगनीशियम नूं लिखा जांदा एम जी दे नाल, एल्यूमीनियम नूं लिखा जांदा ए एल दे नाल, सिलिकॉन नूं लिखा जांदा एस आई दे नाल, फास्फोरस नूं पी दे नाल, सल्फर नूं एस दे नाल, क्लोरीन नूं सी एल दे नाल, आर्गन नूं ए आर दे नाल। आर जिहड़ी हैगी आ स्मॉल पाउणी आ, पहला लैटर इहदे विच कैपीटल आउंदा है, दूसरा लैटर स्मॉल आउंदा है। पोटाशियम नूं के दे नाल, कैल्शियम नूं सी ए दे नाल। ये की हो गए दे सिंबल, जां इहनूं पंजाबी 'च बोलांगे आपां संकेत, ठीक है। ये हो गए तत्, ये हो गए इधर एलीमेंट, क्लीयर है जी। एवें करके एक टेबल तुसीं आपके हिसाब नाल बना के रख लैणा। हुण इहनूं याद करन दा की तरीका है? याद करन दा तरीका देखो, ना मांगो अल्लाह से पेप्सी, सोडा, कोला और कीमती कार,
ना मांगो अल्लाह से पेप्सी सोडा कोला और कीमती कार। ठीक है जी, याद रखने का तरीका है, एन ए मीन्स सोडियम, एम मैग्नीशियम, ए एल एलुमिनियम, SE SI सिलिकॉन बन गया, पी ते फास्फोरस आ गया, एस ते सल्फर आ गया, सी ते क्लोरीन आ गया, ए यू जा ए ते आ गया अपने कोले आर्गन, फिर के ते इत्थे पी ते पोटाशियम आंदा है, बट के रिप्रेजेंट कर रही है इस के नू, तो कीमती मीनस के पोटाशियम, के मीनस पोटाशियम, सी ए मीनस कैल्शियम। तो याद रखने का तरीका एक छोटी जी फॉर्म है, ना मांगो अल्लाह से पेप्सी सोडा कोला और कीमती कार। ठीक है जी, ये याद रखने का तरीका। तो पहले भी तत् ने, भी एलीमेंट ने जिहड़े तुसीं याद रखने ने, इत्थे आपां लिख दिंदे आ एलीमेंट, इत्थे लिख ले तुसीं तत्, इत्थे एटॉमिक नंबर आ गया जां परमाणु अंक आ गया, ये उपर लिख के रख लेना तुसीं सिंबल जां संकेत। ठीक है जी, तो यह बन गए पहले भी तुहाडे तत् जां एलीमेंट। तो ये अज दा टॉपिक सी तुहाडे दे लई, सारयां दे लई, ते सारयां ने चंगी तरह पढ़ना है, स्टडी करना है। जिहड़े इंग्लिश मीडियम वाले बच्चे ने उन्होंने इंग्लिश वाला सारा कुछ उतारना है, उतार के फेयर कॉपी पर लिख लेना है। जिहड़े पंजाबी वाले बच्चे ने, पंजाबी मीडियम वाले, उन्होंने कल्ले पंजाबी वालियां सारिया चीज़ां उतारनियां ने। ठीक है जी, अगर फिर भी ना समझ लगे तो मैं इतों पूछ लेना। क्लीयर, अज्ज दे लई इन्ना की है, अगली वीडियो दे विच तुहानूं होर कुछ सिखावां।